ਬੀਤੇ ਦਿਨੀ ਮਾਤਾ ਬਲਜੀਤ ਕੌਰ ਕੈਨੇਡਾ ਵਾਲਿਆਂ ਨੇ ਦਨੇਰਾ ਜੋ ਕਿ ਪਠਾਨਕੋਟ ਤੋਂ ਅੱਗੇ ਹੈ ਕੈਂਪ ਲਗਾਇਆ ਸੀ ਐਡਵਾਂਸ ਕੈਂਪ ਜਿੱਥੇ ਬਹੁਤ ਕੁਝ ਚੰਗਾ ਸਿੱਖਣ ਨੂੰ ਮਿਲਿਆ ਜੋ ਗੱਲਾਂ ਅੱਛੀਆਂ ਨੇ ਆਈ ਐਪਰੀਸ਼ੀਏਟ ਫਰੋਮ ਦਾ ਕੋਰ ਆਫ ਮਾਈ ਹਾਰਟਸ ਪਰ ਜੋ ਗੱਲਾਂ ਨਹੀਂ ਜਚੀਆਂ ਉਹ ਮੈਂ ਜ਼ਰੂਰ ਇੱਥੇ ਸ਼ੇਅਰ ਕਰਾਂਗਾ ਮਾਤਾ ਜੀ ਨੇ ਅੰਮ੍ਰਿਤ ਵੇਲੇ ਕਥਾ ਕੀਤੀ ਸਿਮਰਨ ਕਰਾਇਆ ਅਤੇ ਉਹਨਾਂ ਦੀਆਂ ਉੱਥੇ ਇੰਸਟਰਕਸ਼ਨ ਸਨ ਕਿ ਕੋਈ ਬੰਦਾ ਬਾਹਰ ਜਾ ਗੱਲਬਾਤ ਨਾ ਕਰੇ ਕੋਈ ਜ਼ਰੂਰੀ ਗੱਲ ਕਰੋ ਤਾਂ ਕਰੋ ਬਾਕੀ ਗੱਲਾਂ ਨਹੀਂ ਕਰਨੀਆਂ ਔਰ ਰੱਬ ਨਾਲ ਜੁੜਨਾ ਮਾਤਾ ਜੀ ਤੋਂ ਬਾਹਰ ਆਏ ਮੈਂ ਉਹਨਾਂ ਨੂੰ ਫਤਿਹ ਬੁਲਾ ਕੇ ਕਹੀ ਕਿ ਮਾਤਾ ਜੀ ਅੱਜ ਸਾਡੀ ਮੈਰਿਜ ਐਨੀਵਰਸਰੀ ਏ ਅਤੇ ਮਾਤਾ ਜੀ ਨੇ ਇਸ ਤਰ੍ਹਾਂ ਕਰ ਲਿਆ ਕਿ ਕੋਈ ਗੱਲ ਨਹੀਂ ਕਰਨੀ ਜੇ ਇੱਕ ਲਫ਼ਜ਼ ਇਹ ਕਹਿ ਦਿੰਦੇ ਕਿ ਐਨੀਵਰਸਰੀ ਵਧਾਈ ਹੋਵੇ ਅਤੇ ਉਸ ਤੋਂ ਬਾਅਦ ਉਹ ਵੀ ਚੁੱਪ ਤਾਂ ਮੈਂ ਵੀ ਚੁੱਪ ਇੰਨੇ ਨਾਲ ਅਸੀਂ ਕੋਈ ਗੁਰਮਤ ਤੋਂ ਦੂਰ ਨਹੀਂ ਹੋ ਜਾਂਦੇ ਇੰਨੀ ਕੱਟੜਤਾ ਚੰਗੀ ਨਹੀਂ ਹੈ ਨੰਬਰ ਦੋ ਮਾਤਾ ਜੀ ਨੇ ਇਹ ਗੱਲ ਠੀਕ ਕਹੀ ਕਿ ਬਹੁਤੀਆਂ ਗੱਲਾਂ ਨਹੀਂ ਮਾਰਨੀਆਂ ਕਿਉਂਕਿ ਉਹਨਾਂ ਮਨ ਉਖੜਦਾ ਪਰ ਦੂਰੋਂ ਦੂਰੋਂ ਅਲੱਗ ਅਲੱਗ ਸਟੇਟਾਂ ਤੋਂ ਗੁਰਸਿੱਖ ਵੀਰ ਭੈਣ ਆਏ ਹੁੰਦੇ ਨੇ ਅਤੇ ਜੇ ਕੋਈ ਬੰਦਾ ਕਿਸੇ ਨੂੰ ਪੁੱਛ ਲਵੇ ਵੀਰ ਜੀ ਭੈਣ ਜੀ ਬੇਟਾ ਜੀ ਬੇਟੀ ਜੀ ਤੁਸੀਂ ਕਿੱਥੋਂ ਆਏ ਹੋ ਕੀ ਕਾਰੋਬਾਰ ਕਰਦੇ ਹੋ ਅਤੇ ਇਹਦੇ ਨਾਲ ਦੁਵੱਲੀ ਸਾਂਝ ਵਧਦੀ ਏ ਗੁਰਮਤ ਦੀ ਵੀ ਔਰ ਸੰਸਾਰਕ ਵੀ ਜੇ ਮਾਤਾ ਜੀ ਇਹ ਕਹਿਣ ਕਿ ਜ਼ਿੰਦਗੀ ਚ ਸਿਰਫ ਗੁਰਮਤ ਹੀ ਹੋਣੀ ਚਾਹੀਦੀ ਏ ਫਨ ਨਹੀਂ ਹੋਣਾ ਚਾਹੀਦਾ ਮਾਤਾ ਜੀ ਖੁਦ ਬੜੇ ਜੌਲੀ ਨੇ ਉਹ ਆਪਣੀ ਕਥਾ ਵਿਚ ਯੋਗਾ ਵਿਚ ਖੂਬ ਹਸਾਉਂਦੇ ਨੇ ਜੇ ਆਪਾਂ ਮੈਡੀਟੇਸ਼ਨ ਹੀ ਕਰਨੀ ਏ ਕੰਸਨਟ੍ਰੇਸ਼ਨ ਕਰਨੀ ਏ ਤੇ ਵਿਚ ਵਿਚ ਮਾਤਾ ਜੀ ਖੁਦ ਜੌਲੀ ਗੱਲਾਂ ਕਰਦੇ ਨੇ ਕਿਉਂ ਕਰਦੇ ਨੇ ਫਿਰ ਖਾਲੀ ਮੈਡੀਟੇਸ਼ਨ ਦੀ ਗੱਲ ਕਰੋ ਮੈਂ ਇਹ ਗੱਲ ਕਹਾਂਗਾ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਮੈਨੂੰ ਤੇ ਕਈ ਵੀਰ ਤੇ ਭੈਣਾਂ ਮਿਲੇ ਜਿਨ੍ਹਾਂ ਨੇ ਮਾਤਾ ਜੀ ਤੋਂ ਚੋਰੀ ਮੇਰੇ ਨਾਲ ਆਪਣੀ ਜ਼ਿੰਦਗੀ ਦੇ ਮਸਲੇ ਦੱਸੇ ਜੋ ਜੋ ਮੈਨੂੰ ਸੇਧ ਮਿਲੀ ਪੰਥ ਰਤਨ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਕੋਲੋਂ ਜਾਂ ਭਾਈ ਦਵਿੰਦਰ ਸਿੰਘ ਸੁਹਾਣਿਆਂ ਕੋਲੋਂ ਉਹ ਉਹਨਾਂ ਦੇ ਹੱਲ ਵੀ ਹੋਏ ਤੇ ਬੜੇ ਖੁਸ਼ ਹੋਏ ਤੇ ਕਈਆਂ ਨੇ ਕਿਹਾ ਕਿ ਕੈਂਪ ਚ ਉਹਨਾਂ ਨੇ ਆਹ ਗਲਤੀ ਕਰ ਲਈ ਏ ਅੱਗੋਂ ਨਹੀਂ ਆਣਗੇ ਕਿਉਂਕਿ ਇੰਨੀਆਂ ਪਾਬੰਦੀਆਂ ਚ ਅਸੀਂ ਨਹੀਂ ਰਹਿ ਸਕਦੇ ਤੇ ਇੱਕ ਕੋਈ ਸੰਗਤ ਨੇ ਸੁਝਾਅ ਦੇ ਦਿੱਤਾ ਯਮੁਨਾ ਨਗਰ ਵਾਲੇ ਜਿਹੜੇ ਵੀਰ ਜੀ ਨੇ ਜਿਹੜੇ ਲੰਗਰ ਦੇ ਇੰਚਾਰਜ ਨੇ ਕਿ ਸਵੇਰ ਦੇ ਉੱਠੇ ਹੋਈਦਾ ਇੱਕ ਵਜੇ ਦੇ ਤੇ ਦੋ ਤੋਂ ਤਿੰਨ ਹੁੰਦਾ ਨਿਤਨੇਮ ਤਿੰਨ ਤੋਂ ਸਾਢੇ ਚਾਰ ਕਥਾ ਕਈ ਵਾਰ ਪੰਜ ਤੱਕ ਚਲੀ ਜਾਂਦੀ ਏ ਤੇ ਬਾਅਦ ਵਿਚ ਅੱਧੇ ਘੰਟੇ ਦੀ ਬ੍ਰੇਕ ਚ ਪਾਣੀ ਪੁਣੀ ਪੀ ਲਿਆ ਵਾਸ਼ਰੂਮ ਆਏ ਤੇ ਫਿਰ ਦੋ ਘੰਟੇ ਯੋਗਾ ਤੇ ਬਾਅਦ ਵਿਚ ਕੋਈ ਚਾਹ ਪਾਣੀ ਜਾਂ ਲੰਗਰ ਹੁੰਦਾ ਇੰਨੀ ਦੇਰ ਚ ਆਂਦਰਾਂ ਨਿਕਲ ਜਾਂਦੀਆਂ ਨੇ ਤੇ ਵਿਚੋਂ ਥੋੜਾ ਬਹੁਤਾ ਚਾਹ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਬਜਾਏ ਉਹ ਸੱਜਣ ਸੁਝਾਅ ਮੰਨਣ ਦੇ ਤੇ ਅੱਗੋਂ ਕਹਿਣ ਲੱਗੇ ਤੁਸੀਂ ਕੈਂਪ ਨੂੰ ਆਪਣੇ ਮੁਤਾਬਕ ਚਲਾਉਣਾ ਕਿ ਕੈਂਪ ਦੇ ਮੁਤਾਬਕ ਚੱਲਣਾ ਕਹਿੰਦੇ ਮੈਂ ਆਰ ਐਸ ਐਸ ਦੇ ਕੈਂਪ ਅਟੈਂਡ ਕੀਤੇ ਨੇ ਉਹ ਬੜੇ ਉਹਨਾਂ ਦੀ ਸਖ਼ਤੀ ਹੁੰਦੀ ਉੱਥੇ ਭਾਈ ਜ਼ਿਆਦਾ ਸਖ਼ਤੀ ਹੈ ਨਾ ਬੰਦਿਆਂ ਨੂੰ ਗੁਰਮਤ ਤੋਂ ਦੂਰ ਲੈ ਜਾਏਗੀ ਚਾਹੇ ਯਮੁਨਾਨਗਰ ਵਾਲੇ ਵੀਰ ਜੀ ਹੋਣ ਚਾਹੇ ਮਾਤਾ ਜੀ ਹੋਣ ਮੈਂ ਫਿਰ ਕਹਿ ਰਿਹਾ ਐਕਸੈਸ ਐਵਰੀਥਿੰਗ ਇਜ਼ ਬੈਡ ਪੰਥ ਰਤਨ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ ਭਾਈ ਦਵਿੰਦਰ ਸਿੰਘ ਸੁਹਾਣੇ ਵਾਲੇ ਇਹਨਾਂ ਕੋਲੋਂ ਸੇਧ ਲੈਣ ਦੀ ਲੋੜ ਏ ਇਹ ਤਾਂ ਪ੍ਰੇਮ ਕੇ ਚਾਬਕ ਮਾਰੋ ਪ੍ਰੇਮ ਨਾਲ ਮਸਲੇ ਹੱਲ ਕਰੋ ਦਾਸ ਗੁਰੂ ਦਾ ਲੰਗਰ ਵਰਤਾ ਰਿਹਾ ਸੀ ਅਤੇ ਹਰ ਥਾਲੀ ਹਰ ਚੀਜ਼ ਆ ਰਹੀ ਸੀ ਅਤੇ ਯਮੁਨਾਨਗਰ ਵਾਲੇ ਸਿੰਘ ਬੜੇ ਖੁਸ਼ ਸਨ ਅਤੇ ਉੱਥੋਂ ਦੇ ਹੋਰ ਸਿੰਘ ਵੀ ਅਤੇ ਦੋ ਬੀਬੀਆਂ ਕਹਿੰਦੀਆਂ ਵੀਰ ਜੀ ਸਾਈਡ 'ਤੇ ਆਉਣਾ ਤੁਸੀਂ ਨਾ ਕਹਿੰਦੀਆਂ ਇੱਥੇ ਪੋਇਟਰੀ ਸੁਣਾ ਰਹੇ ਹੋ ਅਤੇ ਜਿਸ ਆਪਣੇ ਘਰ ਦੱਸਤਾ ਨਾ ਤੁਹਾਨੂੰ ਇਹੀ ਤਾਂ ਹੀ ਫੇਰ ਦੇਣਗੇ ਤੁਹਾਡੀ ਇਹ ਤੁਹਾਡੀ ਮਾਤਾ ਜੀ ਅੱਗੇ ਕੰਪਲੇਂਟ ਜਾਣੀ ਜਾਣੀ ਮੈਂ ਕਿਹਾ ਸੋਰੀ ਮੈਡਮ ਕਿਉਂਕਿ ਉਹਨਾਂ ਨੂੰ ਹੰਕਾਰ ਸੀ ਮਾਤਾ ਜੀ ਦੇ ਨੇੜੇ ਆ ਉਹ ਮਾਤਾ ਦੇ ਨੇੜੇ ਹੋਣ ਵਾਲੇ ਗੋਦ ਨੇੜੇ ਹੋ ਜਾਓ ਯਾਨੀ ਡਿਕਟੇਟਰਸ਼ਿਪ ਉਹਨਾਂ ਲੇਡੀ 'ਚ ਵੀ ਆ ਚੁੱਕੀ ਜਦਕਿ ਉਹ ਦੋ ਲੇਡੀਜ਼ ਤੋਂ ਬਿਨਾਂ ਔਰ ਕਿਸੇ ਨੇ ਵੀ ਨਹੀਂ ਕਿਹਾ ਮੁੜ ਕੇ ਲੇਡੀਜ਼ ਉੱਥੇ ਵੜੀਆਂ ਹੀ ਨਹੀਂ ਕਿਉਂ ਪਤਾ ਵੀ ਇੱਥੇ ਗੁਰੂ ਦੀ ਕਿਰਪਾ ਸੁਰਜੀਤ ਸਿੰਘ ਦਾ ਸਾਰਾ ਕੈਂਪ ਹੀ ਹੈਗਾ ਸੋ ਇਹ ਗੱਲ ਮੈਂ ਕ੍ਰਿਟੀਸਿਜ਼ਮ ਦੇ ਰੂਪ 'ਚ ਨਹੀਂ ਕਹਿ ਰਿਹਾ ਮਾਤਾ ਜੀ ਨੂੰ ਸੁਝਾਅ ਦੇ ਰਿਹਾ ਦਸ ਜੋੜ ਕੇ ਥੋੜਾ ਜਿਹਾ ਨਾ ਨਰਮਾਈ ਲਿਆਓ ਸੁਭਾਅ 'ਚ ਜੇ ਕਿਸੇ ਨੇ ਕੋਈ ਜ਼ਰੂਰੀ ਗੱਲ ਕਰਨੀ ਕੋਈ ਭੈਣ ਬਾਈ ਆ ਚਾਲ ਪੁੱਛਦਾ ਹੈ ਨਹੀਂ ਪਾਬੰਦੀਆਂ ਆਪਾਂ ਜੇਲ੍ਹ 'ਚ ਨਹੀਂ ਆਏ ਕੈਂਪ 'ਚ ਆਏ ਅਤੇ ਉਹਦੇ ਨਾਲ ਨਾ ਫੋਲੋਇੰਗ ਹੋਰ ਵਧੇਗੀ ਅਤੇ ਕੱਟੜਤਾ ਨਾਲ ਫੋਲੋਇੰਗ ਹੋਰ ਘਟੇਗੀ ਜੇ ਚੰਗਾ ਸੁਝਾਅ ਆਇਆ ਕਿ ਵਿੱਚੋਂ ਕੁਝ ਖਾਣ ਵਾਲ ਦੇ ਦਿਓ
ਔਰ ਮੈਨੂੰ ਕੋਈ ਦਿੱਲੀ ਦੀਆਂ ਬੀਬੀਆਂ ਦੱਸਿਆ ਕਿ ਅਸੀਂ ਨਾ ਆਪਣੀ ਇਲੈਕਟ੍ਰਿਕ ਕੈਟਲ ਅਤੇ ਨਾਲ ਕੋਈ ਬਿਸਕੁਟ ਲੈ ਕੇ ਆਏ ਕਿਉਂਕਿ ਸਾਡੀਆਂ ਆਂਦਰਾਂ ਬਾਹਰ ਆ ਜਾਂਦੀਆਂ ਨੇ। ਜੇ ਆਪਾਂ ਸੰਗਤ ਨੂੰ ਚੀਜ਼ ਖਵਾ ਕੇ ਬਲੈਸਿੰਗ ਹੀ ਨਹੀਂ ਲੈਣੀ ਆ ਫਿਰ ਕੀ ਕਰਨਾ ਇਹੋ ਜਿਹੇ ਕੈਂਪਾਂ ਦਾ। ਸੋ ਇਹਨੂੰ ਸੁਝਾਅ ਸਮਝੋ, ਇਹਨੂੰ ਕਿਸੇ ਤਰ੍ਹਾਂ ਸਮਝੋ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।